ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮੀ ਇਸੇ ਲੈਅ ਦੇ ਵਿੱਚ ਹੀ ਇੰਨੀ ਉੱਚੀ ਆਵਾਜ਼ ਦੇ ਨਾਲ ਸਤਿਨਾਮ ਵਾਲੇ ਜਾਪਦੇ। ਉਦੋਂ ਰੋਡ ਦੀ ਸੇਵਾ ਚੱਲਦੀ ਹੁੰਦੀ ਸੀ, ਪੁਲ ਦੀ ਸੇਵਾ ਚੱਲਦੀ ਸੀ, ਘੱਟੋ ਘੱਟ ਚਾਰ ਪੰਜ ਪੰਜ ਸੌ ਮਾਈ ਭਾਈ ਸਾਰੀ ਸੇਵਾ ਕਰਦੇ। ਉਹ ਫਤਿਹ ਗੁਰੂ ਮੱਥਾ ਟੇਕ ਚਾਰ ਪੰਜ ਸੌ ਮਾਈ ਭਾਈ ਨਾ ਮੱਥਾ ਆਪਣਾ ਜਾਣੀ ਕਿ ਗੁਰੂ ਕੀ ਸੰਗਤ ਜਿਹੜੀ ਉਹ ਸੇਵਾ ਕਰਦੀ ਸੀ ਅਤੇ ਇੰਨੇ ਰੂਹਾਂ ਜਿਹੜੀਆਂ ਉੱਥੇ ਅੰਮ੍ਰਿਤ ਵੇਲੇ ਅਤੇ ਸ਼ਾਮ ਵੇਲੇ ਨਾਲ ਜਾਂਦੀ ਸੀ। ਠੀਕ ਹੈ ਜੀ। ਉਹ ਸ਼ਾਮਾਂ ਦਾ ਟਾਈਮ ਹੋਇਆ ਅਤੇ ਉਹ ਢਾਡੀ ਜਥਾ ਵੀ ਆ ਗਿਆ। ਹਾਂਜੀ। ਅਤੇ ਸੰਗਤ ਨਾਮ ਜਪਣ ਡਈ। ਵਾਹ। ਉਹ ਢਾਡੀ ਜਥਾ ਆਣ ਕੇ ਬਾਬਾ ਜੀਵਨ ਸਿੰਘ ਨੂੰ ਕਹਿਣ ਲੱਗੇ ਕਿ ਮਹਾਂਪੁਰਸ਼ੋ ਸਾਨੂੰ ਵੀ ਮੌਕਾ ਦਿਓ। ਠੀਕ ਹੈ। ਸਾਨੂੰ ਵੀ ਟਾਈਮ ਦੇ। ਹਾਂਜੀ। ਮਹਾਂਪੁਰਸ਼ ਕੇ ਇਸ਼ਾਰਾ ਕੀਤਾ ਵੀ ਤੁਸੀਂ ਨਾਮ ਦਿਓ ਬੈਠੋ। ਠੀਕ ਹੈ। ਉਹ ਜਦੋਂ ਦੋ ਘੰਟੇ ਨਾਮ ਦਾ ਪਹਿਰਾ ਲੱਗਾ। ਠੀਕ ਹੈ ਜੀ। ਨਾਮ ਦਾ ਭੋਗ ਪਿਆ। ਹਾਂਜੀ। ਛੱਡਿਆ ਜਗਾਰਾ ਦੇ ਸੇਵਾਦਾਰਾ ਜਾ ਕੇ ਪੰਖਾਂ 'ਚ ਬਹਿ ਕੇ ਅਤੇ ਸ਼ਰਦਾ ਛਕੰਡਾ ਵੀ ਰਾਤ ਦਾ ਸਮਾਂ। ਹਾਂਜੀ। ਤੋ ਢਾਡੀ ਖੜੇ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਕਿਹਾ ਵੀ ਸਾਨੂੰ ਮੌਕਾ ਦਿਓ ਵੀ ਸਾਨੂੰ ਅਸੀਂ ਕੋਈ ਸੰਗਤ ਨੂੰ ਸੁਣਾਈਏ। ਠੀਕ ਹੈ। ਹਾਂਜੀ। ਠੀਕ ਹੈ। ਵੀ ਸਾਨੂੰ ਤੁਸੀਂ ਸਮਾਂ ਨਹੀਂ ਦਿੱਤਾ। ਹਾਂਜੀ। ਕਹਿੰਦੇ ਭਾਈ ਚਾਰ ਪੰਜ ਸੌ ਮਾਈ ਭਾਈ ਸੀ। ਹਾਂਜੀ। ਠੀਕ ਹੈ। ਅਤੇ ਕਹਿੰਦੇ ਵੀ ਤੁਸੀਂ ਚਾਰ ਜਾਣੇ ਸੀ ਬੋਲਣ ਵਾਲੇ। ਹਾਂਜੀ। ਇੱਧਰ ਪੰਜ ਸੌ ਆਦਮੀ ਬੋਲਣ ਵਾਲਾ ਸੀ। ਮੈਂ ਕਹਿੰਦਾ ਪੰਜ ਸੌ ਆਦਮੀ ਦੀ ਜ਼ੁਬਾਨ ਬੰਦ ਕਰਕੇ ਤੁਹਾਨੂੰ ਟਾਈਮ ਨਹੀਂ ਦੇ ਸਕਦਾ। ਕਹਿੰਦੇ ਹੁਣ ਜਿੰਨੇ ਬੈਠੇ ਸੀ ਨਾ ਪੰਜ ਸੌ ਸਾਰੇ ਢਾਡੀ ਸੀ। ਸਾਰੇ ਢਾਡੀ ਜਿਹੜਾ ਉਹਨੂੰ ਗਾਉਂਦਾ ਉਹ ਢਾਡੀ, ਚਾਹੇ ਉਹ ਕਿਸੇ ਕਿਸੇ ਬੇਸ ਦੇ ਉੱਤੇ ਵੀ ਗਾ ਰਿਹਾ, ਉਹਨੂੰ ਚਾਹੇ ਸਤਨਾਮ ਵਾਹਿਗੁਰੂ ਬੋਲ ਰਿਹਾ, ਚਾਹੇ ਕੋਈ ਕੀਰਤਨ ਕਰ ਰਿਹਾ, ਕੋਈ ਕਥਾ ਕਰ ਰਿਹਾ, ਚਾਹੇ ਕੋਈ ਉਦਾਂ ਜਾਣੀ ਕਿ ਢਾਡੀ ਰਾਗ ਗਾ ਰਿਹਾ, ਸਾਰੇ ਗਾ ਰਹੇ ਨੇ ਜੀ ਅਤੇ ਉਹਨੂੰ ਗਾ ਰਹੇ ਆ। ਕਹਿੰਦੇ ਵੀ ਪੰਜ ਸੌ ਆਦਮੀ ਇੱਥੇ ਢਾਡੀ ਬੈਠਾ ਸੀ ਉਹਦੀ ਉਸਤਤ ਕਰਨ ਵਾਸਤੇ, ਅਤੇ ਕਹਿੰਦੇ ਸਾਰੇ ਹੀ ਢਾਡੀ ਸੀ ਹੈਂ, ਅਤੇ ਕਹਿੰਦੇ ਇਸ ਕਰਕੇ ਪੰਜ ਸੌ ਆਦਮੀ ਦੀ ਬੰਦ ਜ਼ੁਬਾਨ ਬੰਦ ਕਰਕੇ ਮੈਂ ਤੁਹਾਨੂੰ ਚਾਹੁੰ ਨੂੰ ਟਾਈਮ ਨਹੀਂ ਦੇ ਸਕਦਾ ਹੈਂ। ਇੱਥੇ ਸਾਰੇ ਹੀ ਢਾਡੀ ਸੀ, ਸਾਰੇ ਢਾਡੀ ਸੀ, ਅਤੇ ਜਦੋਂ ਆਪਾਂ ਰਲ ਕੇ ਬੋਲਦੇ ਹਾਂ ਨਾ ਸਤਨਾਮ ਵਾਹਿਗੁਰੂ ਦਾ ਜਾਣ, ਹਾਂਜੀ, ਉਦੋਂ ਸਾਰੇ ਢਾਡੀ ਬਣਦੇ, ਸਾਰੇ ਢਾਡੀ ਬਣਦੇ, ਸਾਰਿਆਂ ਦੀ ਹਾਜ਼ਰੀ ਇਕੱਠੀ, ਸਾਰਿਆਂ ਦੀ ਇਕੱਠੀ ਲੱਗਦੀ। ਚਲੋ ਜਲਦੀ ਕਰੋ ਭਾਈ।